ਹੈਲੋ ਜੀ, ਮੈਂ ਤੁਹਾਡਾ ਆਪਣਾ ਖੋਸਾ PB30। ਅੱਜ ਆਪਾਂ ਦਿਖਾ ਰਹੇ ਹਾਂ ਸਪੈਸ਼ਲ ਐਡੀਸ਼ਨ 3630 ਦੀ ਵੀਡੀਓ। ਆਪਾਂ ਪਹਿਲਾਂ ਵੀ ਮਗਲੀਅਰ ਵੀਡੀਓ ਚੱਕਰ ਵਗੈਰਾ ਪਾਏ ਸੀ, ਆਪਾਂ ਸੈੱਟ ਕੀਤੀ ਸੀ ਵੀਡੀਓ, ਅਤੇ ਅੱਜ ਪਹਿਲੇ ਦਿਨ ਚਲਾ ਰਹੇ ਹਾਂ ਅਤੇ ਅੱਜ ਦੇਖਦੇ ਹਾਂ ਬਈ ਕਿਵੇਂ ਚੱਲ ਰਿਹਾ ਟਰੈਕਟਰ। ਦਿਖਾਵਾਂਗੇ ਪੂਰਾ ਬਈ ਵੀਡੀਓ ਦੇ ਵਿੱਚ। ਵੀਡੀਓ ਫੋਲੋ ਜ਼ਰੂਰ ਦੇਖਿਓ ਅਤੇ ਕਮੈਂਟ 'ਤੇ ਸ਼ੇਅਰ ਜ਼ਰੂਰ ਕਰਿਆ ਕਰੋ ਵੀਰੇ। ਦੇਖੋ ਟਰੈਕਟਰ ਚੱਲਦਾ, ਨਿਊ ਹੋਲੈਂਡ ਸਪੈਸ਼ਲ ਐਡੀਸ਼ਨ। ਮਗਲੀ ਵੀਡੀਓ 'ਚ ਦੇਖਿਆ ਸੀਗਾ ਆਪਾਂ ਐਕੋਮੀਟਰ ਨਾਲ ਚੱਕਰ ਵਗੈਰਾ ਸੈੱਟ ਕੀਤੇ ਸੀਗੇ, ਅੱਜ ਪਹਿਲੇ ਦਿਨ ਚਲਾਇਆ। ਬਾਕੀ ਬਾਈ ਨਾਲ ਮਿਲਾਉਂਦੇ ਹਾਂ ਆਪਾਂ ਵੀ ਟਰੈਕਟਰ ਦਾ ਕਿਵੇਂ ਚੱਲ ਰਿਹਾ। ਪੂਰੀ ਵੀਡੀਓ ਦਿਖਾਵਾਂਗੇ ਤੁਹਾਡੀ ਟਰੈਕਟਰ ਬਾਰੇ। ਆ ਗਿਆ ਇੱਥੇ ਹਰਵਿੰਦਰ। ਕੀ ਹਾਲ ਰਵਿੰਦਰ ਬਾਈ? ਜਿਵੇਂ ਆਪਾਂ ਮਗਲੀ ਵੀਡੀਓ ਪਾਈ ਸੀ ਟੈਕੋਮੀਟਰ ਨਾਲ ਚੱਕਰ ਚੁੱਕਰ ਆਪਾਂ ਸੈੱਟ ਕੀਤੇ ਸੀਗੇ, ਤੇ ਕਿਵੇਂ ਬਈ ਟਰੈਕਟਰ ਅੱਜ ਪਹਿਲੇ ਦਿਨ ਚਲਾਇਆ? ਵਧੀਆ ਚੱਲ ਰਿਹਾ ਬਈ, ਆਪਾਂ ਸੁਬਾ ਹੀ ਲਾਂਗਾ ਵੱਢਿਆ ਸੀ ਅੱਜ। ਅੱਛਾ ਬਈ, ਸੁਬਾ ਹੀ ਕਣਕ ਵੱਢੀ ਸੀ। ਅੱਛਾ, ਸੁਬਾ ਹੀ ਕਣਕ ਵੱਢੀ ਸੀ ਬਾਈ, ਤੇ ਨਾਲ ਦੀਆਂ ਚਲਾਤਾ ਫਿਰ? ਨਾਲ ਦੀ ਚਲਾਤਾ, ਉਸ ਹਿਸਾਬ ਨਾਲ ਬਹੁਤ ਵਧੀਆ ਚੱਲ ਰਿਹਾ ਗਿੱਲੇ ਦੇ। ਅੱਛਾ, ਗਿੱਲੇ ਹਿਸਾਬ ਨਾਲ ਬਹੁਤ ਵਧੀਆ ਚੱਲਿਆ, ਜਿਵੇਂ ਵੀ ਤੁਹਾਨੂੰ ਪਤਾ ਵੀਡੀਓ ਦੇ ਵਿੱਚ ਸਿਕੰਦਰ ਨੇ ਕਿਹਾ ਹੀ ਸੀਗਾ ਵੀ ਵੀਡੀਓ ਦੇ ਹਿਸਾਬ ਨਾਲ ਬਈ ਗਿੱਲੇ ਤੇ ਵਧੀਆ ਚੱਲੂਗਾ, ਤੇ ਉਸ ਹਿਸਾਬ ਨਾਲ ਵੀ ਵਧੀਆ ਤੁਰਿਆ ਆਉਂਦਾ। ਤੇ ਵੀ ਕਿਹੜੇ ਗੇਅਰ ਦੇ ਵਿੱਚ ਟਰੈਕਟਰ ਚੱਲੀ ਜਾਂਦਾ? ਗੇਅਰ ਪਹਿਲੇ ਲੋਚ ਤਾਂ ਬਈ ਵਧੀਆ ਤੁਰਿਆ ਆਉਂਦਾ, ਦੂਜੇ ਥੋੜਾ ਜਿਹਾ ਕਰਦਾ ਬਈ, ਥੋੜਾ ਜਿਹਾ ਤਾਂ ਫਿਰ ਲਾਂਗਾ ਤਾਂ ਗਿੱਲਾ ਹੀ ਆ ਬਈ, ਉਹ ਤਾਂ ਦਿਸ ਹੀ ਜਾਂਦਾ ਗਾ। ਤੇ ਬਾਕੀ ਵੀ ਕਿੰਨੀ ਟਰਾਲੀ ਅੱਜ? ਅੱਜ ਤਾਂ ਬਈ ਤੀਜਾ ਟਰਾਲਾ। ਅੱਛਾ, ਤੀਜਾ ਹੀ ਟਰਾਲਾ ਬਈ, ਮਤਲਬ ਦੋ ਟਰਾਲੀਆਂ ਦੀ ਪੈ ਜਾਂਦੀ ਆ। ਚਲਾਈ 3 ਵਜੇ ਲਿਆ ਕੇ। ਤੇ ਬਾਕੀ ਜਿਵੇਂ ਵੀ ਮਗਲੇ ਸਾਲ ਜਿਵੇਂ ਤੂੰ ਸੋਨਾਲੀਕਾ ਤੇ ਚਲਾਈ ਸੀਗੀ, ਸੋਨਾਲੀਕਾ 750 ਤੇ ਐਰਕੀ ਸਪੈਸ਼ਲ, ਕਿੰਨਾ ਕੁ ਬਈ ਫਰਕ ਲੱਗਦਾ ਬਈ? 13 ਤਾਂ ਅੱਜ ਚਲਾਈ ਆ, ਹੌਲੀ ਹੌਲੀ ਬੈਠਾਂਗੇ। ਅੱਛਾ, ਹੌਲੀ ਹੌਲੀ ਫਰਕ ਲੱਗੂਗਾ ਵੀ ਕੀ ਹਿਸਾਬ ਦਾ ਵਾ, ਕਿਵੇਂ ਮਤਲਬ ਕਾਚ ਕੁਚ ਦਾ ਤਾਂ ਪਤਾ ਲੱਗ ਗਿਆ ਵੀ ਕਿੰਨਾ ਕੁ ਦੇਣਾ ਪੈਂਦਾ। ਪਹਿਲੇ ਲੋਚ ਤਾਂ ਨਹੀਂ ਦੇਣਾ ਪੈਂਦਾ ਕਿ ਵੀ ਦੂਜੇ ਲੋਚ ਹੋਏ। ਅੱਛਾ, ਪਹਿਲੇ ਤੇ ਲੋਚ ਨਹੀਂ ਦੇਣਾ ਪੈਂਦਾ, ਦੂਜੇ 'ਚ ਦੇਣਾ ਪੈਂਦਾ ਬਾਈ। ਬਾਕੀ ਮਤਲਬ ਵੀ ਬਾਕੀ ਆਪਦੇ ਆਪਦੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਆ ਕਰੋ ਬਾਈ ਸਪੈਸ਼ਲ ਐਡੀਸ਼ਨ ਬਾਰੇ ਵੀ, ਕਿਉਂਕਿ ਅੱਜ ਅਸੀਂ ਤਾਂ ਪਹਿਲੀ ਵਾਰ ਚਲਾਇਆ ਸੀ ਬਾਈ, ਉੱਥੇ ਮੁੰਡਾ ਸਾਨੂੰ ਦੱਸ ਰਿਹਾ ਵੀ ਕਿਵੇਂ ਕਿਵੇਂ ਚੱਲ ਰਿਹਾ ਟਰੈਕਟਰ। ਅਤੇ ਬਾਕੀ ਐਵਰੇਜ ਵਗੈਰਾ ਵੀ ਆਪਾਂ ਅਗਲੀ ਵੀਡੀਓ 'ਚ ਦੱਸਾਂਗੇ ਵੀ ਕਿੰਨਾ ਕੁ ਖਾ ਰਿਹਾ ਤੇਲ, ਵੀ ਆਪਾਂ ਕਿਹੜਾ ਕੁਕੇ ਦੀ ਐਡ ਕਰਨੀ, ਆਪਾਂ ਤਾਂ ਵੈਸੇ ਜੈਨੂਅਨ ਗੱਲਾਂ ਕਰਨੀਆਂ, ਆਪਣੇ ਕਿਸਾਨ ਭਰਾਵਾਂ ਵਾਸਤੇ ਵੀਡੀਓ ਪਾਉਣੇ ਰਹਿੰਦੇ ਹਾਂ। ਬਾਕੀ ਜੇ ਵੀਡੀਓ ਚੰਗੀ ਲੱਗੀ ਵੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ।